ਲਓ ਵੀ ਅਫਸਰੋ, ਅਸੀਂ ਅੱਜ ਜ਼ਿਲ੍ਹਾ ਗਦਰਵਾਲ ਦੇ ਸੋਹਣੇ ਸ਼ਹਿਰ ਸੋਨਮਾਰਗ ਤੋਂ ਕਾਰਗਰ ਵੱਲ ਚੱਲ ਪਏ ਹਾਂ। ਸਵੇਰ ਦੇ ਹਜੇ 8 ਵਜੇ ਨੇ, ਅਸੀਂ ਜਲਦੀ ਤਿਆਰ ਹੋ ਕੇ ਕਾਰਗਿਲ ਵੱਲ ਨੂੰ ਚੱਲ ਪਏ ਹਾਂ, ਕਿਉਂਕਿ ਸੋਨਮਾਰਗ ਤੋਂ ਜਦੋਂ ਕਾਰਗਿਲ ਵੱਲ ਜਾਂਦੇ ਹਾਂ ਤਾਂ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ। ਟਰੱਕ ਲੇਹ ਤੋਂ ਥੱਲੇ ਵੱਲ ਆਉਂਦੇ ਹਨ, ਜੋ ਕਿ ਰਸਤੇ ਵਿੱਚ ਬਹੁਤ ਵੱਡੀ ਸਮੱਸਿਆ ਬਣਦੇ ਹਨ, ਅਤੇ ਅਸੀਂ ਨਹੀਂ ਚਾਹੁੰਦੇ ਕਿ ਇਸ ਸਮੱਸਿਆ ਵਿੱਚ ਘਿਰਿਆ ਜਾਵੇ। ਜਲਦੀ ਸੋਨਮਾਰਗ ਨੂੰ ਜੇ ਅਗਰ ਆਪਾਂ ਮਿੰਨੀ ਸਵਿਜ਼ਰਲੈਂਡ ਕਹੀਏ ਤਾਂ ਕੋਈ ਇਹਦੇ 'ਚ ਅਤਕਥਨੀ ਨਹੀਂ। ਇੱਥੋਂ ਦੇ ਲੋਕੇਸ਼ਨ ਹੈ ਜਿਹੜੀ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ। ਇਹ ਸ਼ਹਿਰ ਤਕਰੀਬਨ 2700 ਮੀਟਰ ਦੀ ਉਚਾਈ 'ਤੇ ਵਸਿਆ ਹੋਇਆ ਹੈ। ਸੋਨਮਾਰਗ ਤੋਂ ਹੀ ਕਈ ਦਰਿਆਵਾਂ ਅਤੇ ਨਦੀਆਂ ਦਾ ਜਨਮ ਹੁੰਦਾ ਹੈ, ਜਿਵੇਂ ਸਿੰਧ ਦਰਿਆ ਇੱਥੋਂ ਹੀ ਨਿਕਲਦਾ ਹੈ, ਨੀਲਮ ਨਦੀ, ਲਿੱਦਰ ਨਦੀ ਇੱਥੋਂ ਹੀ ਬਣਦੀ ਹੈ। ਸਰਦੀ ਦੇ ਵਿੱਚ ਇਹ ਸਾਰਾ ਇਲਾਕਾ ਬਰਫ਼ ਨਾਲ ਢੱਕਿਆ ਹੋਇਆ ਹੁੰਦਾ। ਇੱਥੇ ਹੀ ਕਈ ਟਰੈਕ ਨਿਕਲਦੇ ਹੈ, ਜਿਵੇਂ ਕ੍ਰਿਸ਼ਨਸਰ ਝੀਲ ਦਾ ਟਰੈਕ, ਗੰਗਾਬਲ ਝੀਲ ਦਾ ਟਰੈਕ, ਕੁਸ਼ਾਨਸਰ ਝੀਲ ਦਾ ਟਰੈਕ, ਹੋਰ ਬਹੁਤ ਸੋਹਣੀਆਂ ਜਗ੍ਹਾਵਾਂ ਦੇ ਜੋ ਇੱਥੋਂ ਟਰੈਕ ਹੈ, ਤੁਸੀਂ ਇੱਥੇ ਟਰੈਕਿੰਗ ਕਰ ਸਕਦੇ ਹੋ। ਇੱਥੋਂ ਬਾਲਟਾਲ ਬਹੁਤ ਨਜ਼ਦੀਕ ਹੈ, ਤਕਰੀਬਨ 15 ਕਿਲੋਮੀਟਰ ਬਾਲਟਾਲ ਹੈ। ਉੱਥੋਂ ਅਮਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਹੈ। ਜਦੋਂ ਅਸੀਂ ਲੇਹ ਦੀ ਉਚਾਈ ਵੱਲ ਜਾ ਰਹੇ ਹਾਂ ਤਾਂ ਰਸਤੇ ਵਿੱਚ ਕਈ ਪਾਸ ਹੁੰਦੇ ਹਨ, ਉਹ ਜਗ੍ਹਾ ਜੋ ਆਪਣੀ ਉਚਾਈ ਨੂੰ ਦਰਸਾ ਰਹੀ ਹੋਵੇਗੀ ਉਸ ਨੂੰ ਇੱਥੇ ਪਾਸ ਬੋਲਦੇ ਹਨ। ਜਿਹੜਾ ਪਹਿਲਾ ਪਾਸ ਹੁੰਦਾ ਹੈ ਜਜ਼ੀਲਾ ਪਾਸ ਹੁੰਦਾ ਹੈ, ਜਿਸ ਦੀ ਉਚਾਈ ਤਕਰੀਬਨ 11,575 ਫੁੱਟ ਹੈ, ਜੋ ਕਿ ਦਰਾਸ ਦੇ ਇਲਾਕੇ ਦੇ ਵਿੱਚ ਹੈ, ਕਸ਼ਮੀਰ ਵੈਲੀ ਦੇ ਦਰਾਸ ਦੇ ਇਲਾਕੇ ਵਿੱਚ ਹੈ। ਇਹ ਇੱਕੋ ਇੱਕ ਰਸਤਾ ਹੈ ਜੋ ਸ਼੍ਰੀਨਗਰ ਅਤੇ ਲੇਹ ਨੂੰ ਆਪਸ ਦੇ ਵਿੱਚ ਜੋੜਦਾ ਹੈ। ਪਹਿਲਾਂ ਇਹ ਰਸਤਾ ਬਹੁਤ ਖਰਾਬ ਸੀ, ਹੁਣ ਇਹ ਇੰਟਰਲੋਕ ਟਾਈਲ ਲਾ ਕੇ ਇਸ ਨੂੰ ਕਾਫੀ ਸੁਧਾਰ ਕੀਤਾ ਹੋਇਆ ਹੈ। ਇਸ ਵਿੱਚ ਨਾਗਵਲ ਖਾਂਦੀਆਂ ਹੋਈਆਂ ਸੜਕਾਂ, ਅਸੀਂ ਟ੍ਰੈਫਿਕ ਤੋਂ ਕਾਫੀ ਅੱਗੇ ਨਿਕਲ ਆਏ ਹਾਂ। ਹੁਣ ਅਸੀਂ ਜਜ਼ੀਲਾ ਪਾਸ ਤੋਂ ਥੋੜ੍ਹਾ ਅੱਗੇ ਜਾ ਕੇ 0 ਪੁਆਇੰਟ 'ਤੇ ਰੁਕਾਂਗੇ, ਜਿੱਥੇ ਕਿ ਅਸੀਂ ਨਾਸ਼ਤਾ ਵਗੈਰਾ ਕਰਾਂਗੇ। ਪੁਆਇੰਟ ਦਾ ਇਹ ਜੋ ਜਗ੍ਹਾ ਬਣੀ ਹੋਈ ਹੈ, ਇਹ ਕਾਫੀ ਖੁੱਲ੍ਹੀ ਜਗ੍ਹਾ ਬਣੀ ਹੋਈ ਹੈ। ਇੱਥੇ ਸਰਦੀ ਦੇ ਵਿੱਚ ਤਕਰੀਬਨ 20-20 ਫੁੱਟ ਬਰਫ਼ ਪੈ ਜਾਂਦੀ ਹੈ ਅਤੇ ਸੈਲਾਨੀ ਇੱਥੇ ਸਕੇਟਿੰਗ ਵਗੈਰਾ ਕਰਦੇ ਆ। ਇੱਥੋਂ ਨਾਸ਼ਤਾ ਕਰਕੇ ਅਸੀਂ ਕਾਰਗਿਲ ਵੱਲ ਨੂੰ ਚੱਲ ਪਏ ਹਾਂ।
ਹੁਣ ਅਸੀਂ ਲੱਦਾਖ ਦੇ ਦੂਜੇ ਵੱਡੇ ਸ਼ਹਿਰ ਵਿੱਚ ਜਾ ਰਹੇ ਹਾਂ ਜਿਸ ਦਾ ਨਾਂ ਕਾਰਗਿਲ ਹੈ। ਇੱਥੋਂ ਤਕਰੀਬਨ 80-90 ਕਿਲੋਮੀਟਰ ਦੀ ਦੂਰੀ 'ਤੇ ਇਹ ਸ਼ਹਿਰ ਵਸਿਆ ਹੈ। ਸ਼੍ਰੀਨਗਰ ਤੋਂ ਅਗਰ ਗੱਲ ਕਰੀਏ ਤਾਂ ਇਹ ਇਸ ਦੀ ਦੂਰੀ ਤਕਰੀਬਨ 200 ਕਿਲੋਮੀਟਰ ਦੇ ਨੇੜੇ ਹੈ। ਇਹ ਚੈੱਕ ਪੋਸਟ ਹੈ, ਇੱਥੇ ਤੁਹਾਡੀਆਂ ਗੱਡੀਆਂ ਚੈੱਕ ਹੋ ਕੇ ਫਿਰ ਅੱਗੇ ਜਾਣਗੀਆਂ। ਤਿੰਨ ਲੱਖ ਆਬਾਦੀ ਵਾਲੇ ਸ਼ਹਿਰ ਕਾਰਗਿਲ ਦਾ ਨਾਂ ਜਦੋਂ ਆਉਂਦਾ ਹੈ ਤਾਂ ਸਾਡੇ ਦਿਮਾਗ ਵਿੱਚ ਕਾਰਗਿਲ ਜੰਗ ਦਾ ਜ਼ਿਕਰ ਆਉਂਦਾ ਹੈ। ਅਸਲ ਵਿੱਚ ਇਹ ਜੰਗ ਦਰਾਸ ਦੇ ਇਲਾਕੇ ਵਿੱਚ ਹੋਈ ਸੀ। ਕਾਰਗਿਲ ਸ਼ਹਿਰ ਦੇ ਵਿੱਚ ਇਹ ਜੰਗ ਨਹੀਂ ਹੋਈ ਸੀ, ਦਰਾਸ ਦੇ ਇਲਾਕੇ ਵਿੱਚ ਇਹ ਜੰਗ ਹੋਈ ਸੀ ਜੋ ਕਿ 3 ਮਈ ਤੋਂ 26 ਜੁਲਾਈ ਤੱਕ ਲੜੀ ਗਈ ਸੀ। ਇਸ ਲੜਾਈ ਨੂੰ ਹੀ ਆਪਰੇਸ਼ਨ ਵਿਜੇ ਦਾ ਨਾਂ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਸੀਂ ਕਾਰਗਿਲ ਵਾਰ ਮੈਮੋਰੀਅਲ ਤੁਹਾਨੂੰ ਲੈ ਕੇ ਚੱਲਾਂਗੇ। ਕਾਰਗਿਲ ਵਾਰ ਮੈਮੋਰੀਅਲ ਆਉਂਦੇ ਹੀ ਤੁਹਾਡੇ ਅੰਦਰ ਦੇ ਦੇਸ਼ ਭਗਤੀ ਦੇ ਜਜ਼ਬਾਤ ਉਤਪੰਨ ਹੋ ਜਾਂਦੇ ਹਨ। ਇੱਥੇ ਹੀ ਸ਼ਹੀਦ ਹੋਏ ਸਿਪਾਹੀਆਂ ਦੇ ਸਟੈਚੂ ਅਤੇ ਸਮਾਰਕ ਬਣਾਏ ਹੋਏ ਹਨ। ਜੰਗ ਵਿੱਚ ਜੋ ਤੋਪਾਂ ਵਰਤੀਆਂ ਗਈਆਂ ਸਨ ਉਹ ਵੀ ਇੱਥੇ ਹੀ ਪਈਆਂ ਹਨ। ਇੱਥੇ ਤੁਹਾਨੂੰ 20 ਮਿੰਟ ਦੀ ਥੀਏਟਰ ਦੇ ਮੂਵੀ ਦਿਖਾਈ ਜਾਵੇਗੀ ਜੋ ਕਿ ਕਾਰਗਿਲ ਯੁੱਧ ਨਾਲ ਸੰਬੰਧਿਤ ਹੋਵੇਗੀ। ਇੱਥੇ ਹੀ ਟਾਈਗਰ ਹਿੱਲ ਦੀ ਚੋਟੀ ਸਾਫ਼ ਦਿਖਾਈ ਦਿੰਦੀ ਹੈ ਜਿਸ ਨੂੰ ਕਿ ਇੰਡੀਅਨ ਆਰਮੀ ਨੇ ਤਿਰੰਗਾ ਲਹਿਰਾ ਕੇ ਆਪਰੇਸ਼ਨ ਵਿਜੇ ਨੂੰ ਸਰ ਕੀਤਾ ਸੀ। ਇਸ ਤੋਂ ਬਾਅਦ ਅਸੀਂ ਕਾਰਗਿਲ ਸ਼ਹਿਰ ਵੱਲ ਜਾਵਾਂਗੇ। ਸ਼ਹਿਰ ਵਿੱਚ ਸਾਨੂੰ ਕੈਂਪਿੰਗ ਲਈ ਕੋਈ ਖਾਸ ਜਗ੍ਹਾ ਨਹੀਂ ਮਿਲੀ, ਇਸ ਕਰਕੇ ਅਸੀਂ ਸ਼ਹਿਰ ਤੋਂ ਬਾਅਦ ਕਿਸੇ ਦੇ ਖੇਤ ਵਿੱਚ ਕੈਂਪਿੰਗ ਦੇ ਡੇਰੇ ਲਾਏ, ਪਰ ਸਾਨੂੰ ਇੱਥੇ ਪੀਣ ਵਾਲੇ ਪਾਣੀ ਦੀ ਕਾਫੀ ਸਮੱਸਿਆ ਆਈ।